ਅੱਜ ਨਰਸਿੰਗ ਕਾਲਜ ਦੀਆਂ ਜਿਹੜੀਆਂ ਬੱਚੀਆਂ ਸੈਲੀਬ੍ਰੇਟ ਕਰ ਰਹੀਆਂ ਸੰਧਾਰਾ ਸਾਉਣ ਦਾ, ਬੜਾ ਵਧੀਆ ਲੱਗ ਰਿਹਾ ਅੱਜ ਦੇ। ਜੇ ਆਪਾਂ ਬੱਚੇ ਕਹੀਏ, ਬੱਚੇ ਨਹੀਂ ਈਵਨ ਵੱਡਿਆਂ ਨੂੰ ਵੀ ਆਪਾਂ ਜੇ ਗੱਲ ਕਰੀਏ ਤਾਂ ਸ਼ਾਇਦ ਮੈਨੂੰ ਲੱਗਦਾ ਵੀ 80% ਨੂੰ ਇਹ ਨਹੀਂ ਪਤਾ ਹੋਣਾ ਵੀ ਸੰਧਾਰੇ ਦਾ ਅਤੇ ਸਾਉਣ ਦਾ ਕੀ ਮਤਲਬ ਹੁੰਦਾ। ਮੈਂ ਜਸਟ ਮੈਡਮ ਨਾਲ ਬੈਠਾ ਹੁਣੇ ਗੱਲ ਕਰ ਰਿਹਾ ਸੀਗਾ ਕਿ ਤੁਹਾਡਾ ਬੜਾ ਲੰਬਾ ਤਜਰਬਾ ਰਿਹਾ ਹੈਗਾ ਇੱਕ ਸਾਡੇ ਸੱਭਿਆਚਾਰ ਦੇ ਰਿਲੇਟਡ ਅਤੇ ਐਜੂਕੇਸ਼ਨ ਸੈਕਟਰ ਦੇ ਵਿੱਚ, ਸੋ ਤੁਸੀਂ ਉਸ ਜਿਹੜਾ ਤਜਰਬੇ ਨੂੰ ਯੂਟੀਲਾਈਜ਼ ਕਰਕੇ ਯੂਜ਼ ਕਰਕੇ ਅਸੀਂ ਇੱਕ ਐਜੂਕੇਸ਼ਨ ਦੇ ਤੌਰ 'ਤੇ, ਇੱਕ ਐਜੂਕੇਟ ਕਰਨ ਦੇ ਤੌਰ 'ਤੇ ਸਾਡਾ ਜੋ ਅਲੋਪ ਹੋ ਰਿਹਾ ਸੱਭਿਆਚਾਰ ਉਹਨੂੰ ਅਸੀਂ ਦੁਬਾਰਾ ਸੁਰਜੀਤ ਕਰੀਏ। ਮੈਨੂੰ ਲੱਗਦਾ ਵੀ ਜ਼ਿਆਦਾ ਸਾਡੇ ਜਿਹੜੇ ਐਕਟੀਵਿਟੀਜ਼ ਹੈਗੀਆਂ ਸਾਡੀਆਂ ਸੱਭਿਆਚਾਰ ਦੇ ਰਿਲੇਟਡ ਹੈ ਉਹ ਜ਼ਿਆਦਾ ਇੱਕ ਸਟੇਜਾਂ ਤੱਕ ਹੁਣ ਸੀਮਿਤ ਹੋ ਕੇ ਰਹਿ ਗਈਆਂ। ਸਾਡਾ ਜਿਵੇਂ ਅਸੀਂ ਪਿਛੋਕੜ ਦੇਖਦੇ ਹਾਂ, ਸਾਡੇ ਵਿਆਹ ਸ਼ਾਦੀਆਂ ਖੁਸ਼ੀਆਂ ਗਮੀਆਂ ਜਿੰਨੇ ਵੀ ਸਾਡੇ ਤਿਉਹਾਰ ਸੀਗੇ ਜਾਂ ਜੋ ਵੀ ਅਸੀਂ ਸੈਲੀਬ੍ਰੇਟ ਕਰਦੇ ਹੈਗੇ ਹਾਂ, ਸੋ ਉਹ ਤਕਰੀਬਨ ਬਹੁਤ ਅਲੋਪ ਹੋ ਚੁੱਕੀਆਂ ਹੈਗੀਆਂ। ਜਾਂ ਅਸੀਂ ਅੱਜ ਉਹ ਪਰਦੇ 'ਤੇ ਦੇਖਦੇ ਹਾਂ ਅਤੇ ਜਾਂ ਸਟੇਜਾਂ 'ਤੇ ਦੇਖਦੇ ਹਾਂ, ਅਤੇ ਉਹਦੇ ਵਿੱਚ ਵੀ ਕਹਿ ਲਓ ਵੀ ਮਾਡਰਨਾਈਜੇਸ਼ਨ ਉਹਦੇ ਵਿੱਚ ਵੀ ਬਹੁਤ ਸਾਰੀ ਚੇਂਜ ਹੋ ਗਈ ਆ। ਸੋ ਜਿਹੜੇ ਇੰਸਟੀਚਿਊਟ ਹੈਗੇ ਆ, ਚਾਹੇ ਸਕੂਲ ਕਾਲਜ, ਜਿਹੜੇ ਵੀ ਉਪਰਾਲਾ ਕਰਦੇ ਆ, ਜਿਵੇਂ ਨਰਸਿੰਗ ਕਾਲਜ ਦੀਆਂ ਬੱਚੀਆਂ, ਇਹਨਾਂ ਦੇ ਜਿਹੜੇ ਔਰਗਨਾਈਜ਼ਰ ਹੈਗੇ ਆ, ਉਹਨਾਂ ਨੇ ਔਰਗਨਾਈਜ਼ ਕੀਤਾ, ਜਰਮਨਜੀਤ ਸਿੰਘ ਹੈ, ਸਾਡਾ ਡਾਕਟਰ ਜੀਤਪਾਲ ਸਿੰਘ ਹੈ ਜਾਂ ਪ੍ਰਿੰਸੀਪਲ ਮੈਡਮ ਹੈਗੇ ਆ, ਸੋ ਇਹ ਵਧਾਈ ਦੇ ਪਾਤਰ ਹੈਗੇ ਆ ਕਿ ਸਟੱਡੀ ਦੇ ਨਾਲ ਨਾਲ ਇਹਨਾਂ ਜਿਹੜੀਆਂ ਐਕਟੀਵਿਟੀਜ਼ ਹੈਗੀਆਂ ਉਹਨਾਂ ਨੂੰ ਪ੍ਰਮੋਟ ਕਰ ਰਹੇ ਆ। ਐਟਲੀਸਟ ਹੋਰ ਨਹੀਂ ਤਾਂ ਅੱਜ ਜਿਹੜੇ ਜਿੰਨੇ ਇੱਥੇ ਬੱਚੇ ਬੈਠੇ ਉਹਨਾਂ ਨੂੰ ਸੰਧਾਰੇ ਦਾ ਜ਼ਰੂਰ ਪਤਾ ਲੱਗ ਜੂ। ਦੇਖੋ ਜੇ ਬਚਾਉਣਾ ਹੈ ਤਾਂ ਜਿਵੇਂ ਨਾ ਹੁਣੇ ਆਪਾਂ ਗੱਲ ਕਰੇ ਡਾਕਟਰ ਸਤਵੰਤ ਕੌਰ, ਇਹੋ ਜਿਹੀਆਂ ਸ਼ਖਸੀਅਤਾਂ ਨੂੰ ਅੱਗੇ ਆਉਣਾ ਪਊਗਾ ਜੋ ਇਹਨਾਂ ਨੇ ਜ਼ਿੰਦਗੀ ਦੇ ਵਿੱਚ ਜੋ ਇਹਨਾਂ ਦਾ ਤਜਰਬਾ ਹੈਗਾ ਉਹਨੂੰ ਇੱਕ ਅਲੱਗ ਤਰੀਕੇ ਦੇ ਨਾਲ, ਜਿਵੇਂ ਆਪਾਂ ਇੱਕ ਪੜ੍ਹਾਈ ਸਬਜੈਕਟ ਪੜ੍ਹਾਉਣੇ ਹੈਗੇ ਹਾਂ ਉਹਨੂੰ ਇੱਕ ਵਧੀਆ ਤਰੀਕੇ ਨਾਲ ਪ੍ਰਜੈਂਟ ਕਰਨਾ ਪਊਗਾ। ਸੋ ਜਿਵੇਂ ਅੱਜ ਆਪਾਂ ਗਿੱਧੇ ਭੰਗੜਿਆਂ ਦੀ ਗੱਲ ਕਰਦੇ ਹਾਂ, ਉਹ ਸਟੇਜਾਂ 'ਤੇ ਵਿਆਹ ਸ਼ਾਦੀਆਂ 'ਤੇ ਸੈਲੀਬ੍ਰੇਟ ਹੁੰਦੇ ਆ, ਚਾਹੇ ਔਰਕੈਸਟਰਾ, ਮੈਂ ਔਰਕੈਸਟਰਾ ਨੂੰ ਮਾੜਾ ਨਹੀਂ ਕਹਿੰਦਾ, ਬਟ ਮਤਲਬ ਜਿਹੜਾ ਹੈਗਾ ਉਹ ਉਹਦੀ ਟੋਟਲੀ ਉਹਨੂੰ ਕਨਵਰਟ ਕਰ ਚੁੱਕੇ ਹੈਗੇ ਆ। ਸੋ ਉਹਨਾਂ ਨੂੰ ਐਕਚੁਅਲ ਜਿਹੜੇ ਸਾਡੇ ਟ੍ਰੈਡੀਸ਼ਨਸ ਸੀਗੇ ਉਹਨਾਂ ਨੂੰ ਕਿਸ ਤਰੀਕੇ ਨਾਲ ਪ੍ਰਜੈਂਟ ਕਰਨਾ, ਉਹ ਇਹੋ ਜਿਹੇ ਟੀਚਰ ਹੈਗੇ ਆ, ਪ੍ਰੋਫੈਸਰ ਹੈਗੇ ਆ, ਉਹ ਵਧੀਆ ਤਰੀਕੇ ਨਾਲ ਪ੍ਰਜੈਂਟ ਕਰ ਸਕਦੇ। ਮੈਨੂੰ ਲੱਗਦਾ ਵੀ ਮੈਂ ਹੁਣੇ ਇਹਨਾਂ ਨਾਲ ਗੱਲ ਕਰ ਰਿਹਾ ਸੀਗਾ ਵੀ ਜਿਹੜੇ ਤੁਹਾਡੇ ਪੁਰਾਣੇ ਦੋਸਤ ਹੈਗੇ, ਮੈਨੂੰ ਇਹਨਾਂ ਨੇ ਦੱਸਿਆ ਮੈਡਮ ਰਿਸ਼ੀ ਵਰਗੇ ਅਤੇ ਜਿਹੜੇ ਹੋਰ ਇਹਨਾਂ ਦੇ ਨਾਲ ਕਲੀਗ ਸੀਗੇ, ਮੈਂ ਕਿਹਾ ਵੀ ਤੁਸੀਂ ਉਹਨਾਂ ਨੂੰ ਇਕੱਠੇ ਕਰਕੇ ਇੱਕ ਉਪਰਾਲਾ ਕਰਕੇ ਆਪਾਂ ਦੁਬਾਰਾ ਉਸ ਜਿਹੜਾ ਸਾਡਾ ਸੱਭਿਆਚਾਰ ਹੈਗਾ ਉਹਨੂੰ ਪ੍ਰਜੈਂਟ ਅਸੀਂ ਜਾਂ ਪੜ੍ਹਾਉਣਾ ਕਿਵੇਂ ਆ ਜਾਂ ਦੱਸਣਾ ਕਿਵੇਂ ਹੈਗਾ ਉਹਨੂੰ ਅਸੀਂ ਅੱਗੇ ਲੈ ਕੇ ਆਈਏ, ਕਿਉਂਕਿ ਅਸੀਂ ਬਹੁਤ ਅਮੀਰ ਵਿਰਸੇ ਦੇ ਮਾਲਕ ਹੈਗੇ ਹਾਂ। ਹੁਣ ਮੈਂ ਜ਼ਿਆਦਾ ਅਬਰੋਡ ਰਹਿੰਦਾ ਅਤੇ ਮੈਨੂੰ ਉੱਥੇ ਬੜੀ ਖੁਸ਼ੀ ਮਹਿਸੂਸ ਹੁੰਦੀ ਹੁੰਦੀ ਹੈ ਵੀ ਯਾਰ ਅਸੀਂ ਜਿਹੜੀਆਂ ਚੀਜ਼ਾਂ ਦੇ ਪਿੱਛੇ ਭੱਜੇ ਫਿਰਦੇ ਹਾਂ, ਬਾਹਰਲੇ ਮੁਲਕਾਂ ਦੇ ਵਿੱਚ ਅਸੀਂ ਆਉਣੇ ਹਾਂ, ਕਰਦੇ ਹਾਂ, ਕਤਰਦੇ ਹਾਂ, ਅਸੀਂ ਤਾਂ ਆਲਰੇਡੀ ਬਹੁਤ ਅਮੀਰ ਹਾਂ, ਅਸੀਂ ਤਾਂ ਆਲਰੇਡੀ ਬਹੁਤ ਅੱਗੇ ਹਾਂ। ਅੱਜ ਅਸੀਂ ਜਿਹੜਾ ਪੈਸਾ ਖਰਚ ਕੇ ਉਹਨਾਂ ਮੁਲਕਾਂ ਦੇ ਵਿੱਚ ਜਾਂਦੇ ਹਾਂ, ਕੋਈ ਸਮਾਂ ਸੀ ਉਹ ਸਾਡੇ ਕੋਲ ਨੌਕਰੀਆਂ ਕਰਨ ਆਉਂਦੇ ਸੀਗੇ। ਸੋ ਸਾਨੂੰ ਸਾਡਾ ਜਿਹੜਾ ਪਿਛੋਕੜ ਹੈਗਾ ਉਹਨੂੰ ਸਮਝਣ ਦੀ ਲੋੜ ਆ ਵੀ ਅਸੀਂ ਹੈ ਕੀ। ਸੋ ਇਹ ਜਿਹੜੀਆਂ ਐਕਟੀਵਿਟੀਜ਼ ਹੈਗੀਆਂ, ਸਾਡਾ ਕਲਚਰ ਹੈਗਾ, ਉਹ ਇਹੋ ਜਿਹੇ ਜਿਹੜੇ ਸਾਡੇ ਕੋਲ ਸ਼ਖਸੀਅਤਾਂ ਹੈਗੀਆਂ ਇਹ ਉਹਨੂੰ ਅੱਗੇ ਵਧੀਆ ਤਰੀਕੇ ਨਾਲ ਲਿਆ ਸਕਦੇ। ਦੇਖੋ ਜੀ ਮੈਂ ਨਾ ਸਭ ਤੋਂ ਮੈਂ ਜਿਹੜੀ ਉੱਤਮ ਸ਼ਖਸੀਅਤ ਸਮਝਦਾ
ਉਹ ਹੈਗਾ ਅਧਿਆਪਕ। ਅਧਿਆਪਕ ਬਹੁਤ ਵੱਡੀ ਸ਼ਖਸੀਅਤ ਹੈ, ਬਹੁਤ ਵੱਡੀ ਚੇਂਜ ਲਿਆ ਸਕਦਾ ਜੇ ਉਹ ਚਾਹੇ। ਜਿੱਥੋਂ ਤੱਕ ਸਰਕਾਰਾਂ ਦੀ ਗੱਲ ਹੈ, ਮਤਲਬ ਮੈਂ ਕਿਸੇ ਦੀ ਟਿੱਪਣੀ ਨਹੀਂ ਕਰਨੀ ਚਾਹੁੰਦਾ, ਪਰ ਸਰਕਾਰਾਂ ਤੋਂ ਸਾਨੂੰ ਆਸ ਲਾਹ ਦੇਣੀ ਚਾਹੀਦੀ ਹੈ। ਠੀਕ ਹੈ, ਅਸੀਂ ਜੋ ਕਰ ਸਕਦੇ ਹਾਂ, ਠੀਕ ਹੈ, ਸਾਨੂੰ ਪਰਮਾਤਮਾ ਨੇ ਬੁੱਧ ਸ਼ੁੱਧ ਸਭ ਕੁਝ ਦਿੱਤਾ ਹੈਗਾ, ਸਾਨੂੰ ਕਿਸੇ ਦੂਜੇ ਦੀ ਵੇਟ ਕਰਨ ਦੀ ਬਜਾਏ ਜਾਂ ਦੂਜੇ ਨੂੰ ਰਿਕੁਐਸਟ ਕਰਨ ਦੀ ਬਜਾਏ ਸਾਨੂੰ ਉਹ ਚੀਜ਼ਾਂ ਅੱਗੇ ਲਿਆਉਣੀਆਂ ਚਾਹੀਦੀਆਂ। ਜ਼ਰੂਰ ਹੋਣਾ ਚਾਹੀਦਾ, ਕੰਪੀਟੀਸ਼ਨਸ ਹੋਣੇ ਚਾਹੀਦੇ ਆ। ਮੈਂ ਹੁਣੇ ਇਹਨਾਂ ਨਾਲ ਗੱਲ ਕਰ ਰਿਹਾ ਸੀ ਕਿ ਜਿਹੜੇ ਯੂਥ ਫੈਸਟੀਵਲਸ ਹੁੰਦੇ ਆ, ਪੰਜਾਬੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਜਾਂ ਹੋਰ ਯੂਨੀਵਰਸਿਟੀਜ਼ ਦੇ ਜਿਹੜੇ ਯੂਥ ਫੈਸਟੀਵਲਸ ਹੁੰਦੇ ਆ, ਉਹ ਸਾਡੇ ਇਸ ਕਲਚਰ ਨੂੰ ਪ੍ਰਮੋਟ ਕਰਨ ਵਾਸਤੇ ਕੀਤੇ ਜਾਂਦੇ ਹੈਗੇ। ਉਹ ਜਿਹੀਆਂ ਐਕਟੀਵਿਟੀਜ਼ ਹੋਰ ਕਰਨੀਆਂ ਚਾਹੀਦੀਆਂ, ਹੋਰ ਪ੍ਰਮੋਟ ਕਰਨੀਆਂ ਚਾਹੀਦੀਆਂ। ਬੱਚਿਆਂ ਦੇ ਵਿੱਚ ਕੰਪੀਟੀਸ਼ਨ ਦੀ ਭਾਵਨਾ ਵੀ ਆਉਂਦੀ ਅਤੇ ਸਿੱਖਦੀ ਵੀ ਆ। ਜੀ, ਜਿਵੇਂ ਹਰ ਇੱਕ ਜਿਹੜੀ ਮਾਂ ਹੈ ਨਾ, ਉਹ ਕਹਿੰਦੀ ਵੀ ਭਗਤ ਸਿੰਘ ਦੂਜੇ ਦੇ ਘਰੇ ਜੰਮੇ, ਮੇਰੇ ਘਰੇ ਨਾ ਜੰਮੇ, ਪਰ ਭਗਤ ਸਿੰਘ ਨੂੰ ਐਪਰੀਸ਼ੀਏਟ ਬਹੁਤ ਕਰਦੀ ਆ। ਸੋ ਉਵੇਂ ਉਸੇ ਤਰ੍ਹਾਂ ਜਿਹੜਾ ਅਸੀਂ ਹੈਗੇ, ਸਾਨੂੰ ਜਿਹੜੀਆਂ ਬੱਚੀਆਂ ਹੈਗੀਆਂ ਸਾਡੀਆਂ ਨੇ, ਧੀਆਂ ਹੈਗੀਆਂ, ਉਹ ਦੂਜੇ ਦੀਆਂ ਧੀਆਂ ਨੱਚਦੀਆਂ ਸੋਹਣੀਆਂ ਲੱਗਦੀਆਂ, ਅਸੀਂ ਨਹੀਂ ਚਾਹੁੰਦੇ ਹੈ ਨਾ, ਹੀਰ ਸਾਨੂੰ ਦੂਜੇ ਦੀ ਵਧੀਆ ਲੱਗਦੀ, ਅਸੀਂ ਨਹੀਂ ਕਹਿੰਦੇ ਹੀਰ ਸਾਡੇ ਘਰੇ ਜੰਮੇ, ਹੈ ਨਾ। ਸੋ ਉਹ ਸਾਨੂੰ ਆਪਦੇ ਵਿੱਚ ਵੀ ਬੀਂਗ ਏ ਪੇਰੈਂਟਸ ਚੇਂਜ ਸਾਨੂੰ ਲਿਆਉਣ ਦੀ ਜ਼ਰੂਰਤ ਹੈਗੀ ਆ। ਠੀਕ ਆ, ਕਿ ਸਾਡਾ ਜਿਹੜੇ ਬੱਚੇ ਜਿਹੜੀਆਂ ਦੂਜੀਆਂ ਬੱਚੀਆਂ, ਉਹ ਵੀ ਸਾਡੇ ਵਰਗੀਆਂ ਬੱਚੀਆਂ ਹੈਗੀਆਂ, ਸਿਰਫ ਇੱਕ ਦੇਖਣ ਦਾ ਨਜ਼ਰੀਆ, ਅਸੀਂ ਉਹ ਕਿਸ ਨਜ਼ਰੀਏ ਦੇ ਨਾਲ ਦੇਖਦੇ ਹਾਂ। ਜ਼ਰੂਰ, ਕਿਉਂ ਨਹੀਂ ਬਦਲਿਆ ਜਾ ਸਕਦਾ, ਜੇ ਮੇਰੇ ਧੀ ਹੁੰਦੀ, ਠੀਕ ਹੈ, ਅਤੇ ਆਹ ਬੱਚੀਆਂ ਹੈਗੀਆਂ, ਅਤੇ ਮੈਂ ਵੀ ਕਹਿਣਾ ਸੀ ਮੇਰੀ ਧੀ ਵੀ ਉਹਨਾਂ ਦੇ ਵਿੱਚ ਹੁੰਦੀ, ਮੈਂ ਕਦੇ ਵੀ ਇਸ ਨਜ਼ਰੀਏ ਨਾਲ ਨਹੀਂ ਸੀ ਦੇਖਣਾ ਕਿ ਮੈਂ ਦੂਜਿਆਂ ਦੀਆਂ ਧੀਆਂ ਨੂੰ ਤਾਂ ਦੇਖਾਂ ਅਤੇ ਪਰ ਮੇਰੀ ਧੀ ਸਟੇਜ 'ਤੇ ਨਾ ਹੋ। ਹਾਂਜੀ, ਇਹ ਜਿਹੜਾ ਹੈਗਾ ਕਾਲਜ ਆਫ ਨਰਸਿੰਗ ਵੱਲੋਂ ਇਹ ਪ੍ਰੋਗਰਾਮ ਜਿਹੜਾ ਸੰਧਾਰਾ ਸਾਉਣ ਦਾ, ਇਹ ਪ੍ਰੋਗਰਾਮ ਅੱਜ ਕੀਤਾ ਗਿਆ ਹੈ। ਸਾਡੇ ਬਹੁਤੇ ਬੱਚਿਆਂ ਨੂੰ ਇਸ ਤਿਉਹਾਰ ਦੇ ਬਾਰੇ ਪਤਾ ਨਹੀਂ ਹੈਗਾ। ਇਹ ਜਿਹੜਾ ਸਾਉਣ ਦੇ ਮਹੀਨੇ ਦੇ ਵਿੱਚ ਇਹ ਤਿਉਹਾਰ ਮਨਾਇਆ ਜਾਂਦਾ ਹੈ। ਸੰਧਾਰਾ ਜਿਹੜਾ ਹੈਗਾ, ਪੇਕੇ ਰਹਿੰਦੀਆਂ ਜਿਹੜੀਆਂ ਮੁਟਿਆਰਾਂ, ਵਿਆਹੀਆਂ ਜਿਹੜੀਆਂ ਸਹੁਰੇ ਚਲੇ ਜਾਂਦੀਆਂ ਨੇ, ਉਹਨਾਂ ਦਾ ਭਰਾ, ਉਹਨਾਂ ਦਾ ਵੀਰ ਜਿਹੜਾ ਹੈਗਾ ਸੰਧਾਰਾ ਲੈ ਕੇ ਜਾਂਦਾ ਹੈ ਭੈਣਾਂ ਨੂੰ, ਫਿਰ ਉਹ ਧੀਆਂ ਅਤੇ ਜਿਹੜੀਆਂ ਕੁੜੀਆਂ ਨੂੰ ਆਪਣੇ ਪੇਕੇ ਲੈ ਕੇ ਆਉਂਦੇ। ਹੁਣ ਤੁਹਾਨੂੰ ਕੀ ਲੱਗਦਾ ਹੈ, ਮੁਟਿਆਰਾਂ ਹੁਣ ਕਿਉਂ ਭੁੱਲਦੀਆਂ ਜਾ ਰਹੀਆਂ ਪੰਜਾਬੀ ਸੱਭਿਆਚਾਰ, ਜੋ ਆਪਣਾ ਸੱਭਿਆਚਾਰ ਹੈ ਪੰਜਾਬ ਦਾ? ਦੇਖੋ, ਆਪਣਾ ਸੱਭਿਆਚਾਰ ਇਹ ਸਾਡੇ ਬਜ਼ੁਰਗਾਂ ਨੇ ਜੋ ਸਾਨੂੰ ਇਹ ਦੇ ਸੱਭਿਆਚਾਰ ਦਿੱਤਾ ਹੈ, ਇਹ ਸਾਡੇ 'ਚ ਹੀ ਕਮੀ ਹੈ ਜਿਹੜੇ ਅਸੀਂ ਇਹਨਾਂ ਬੱਚਿਆਂ ਨੂੰ ਦੱਸ ਨਹੀਂ ਪਾ ਰਹੇ। ਬੱਚਿਆਂ ਨੂੰ ਪਤਾ ਹੈ, ਸੋਸ਼ਲ ਮੀਡੀਆ ਦਾ ਜ਼ਮਾਨਾ ਹੋ ਗਿਆ ਹੈਗਾ, ਪਰ ਲੋੜ ਹੈ। ਇਹ ਤੀਆਂ ਦਾ ਤਿਉਹਾਰ ਇਨਡੋਰ ਨਹੀਂ ਹੈ ਇਹ, ਜਾਂ ਜਿੱਦਾਂ ਆਪਾਂ ਪੈਲਸ ਦੇ ਵਿੱਚ ਕਰ ਲਿਆ, ਇਨਡੋਰ ਨਹੀਂ ਹੈ। ਬਾਹਰ ਪੀਂਘਾਂ, ਪਿੱਪਲਾਂ, ਪੋਟਿਆਂ 'ਤੇ ਪੀਂਘਾਂ ਪਾ ਕੇ ਇਹ ਪੀਂਘਾਂ ਝੂਟੀਆਂ ਜਾਂਦੀਆਂ ਸੀ, ਉੱਥੇ ਇਹ ਤਿਉਹਾਰ ਮਨਾਇਆ ਜਾਂਦਾ ਸੀ। ਹੁਣ ਤਾਂ ਨਾਂ ਦੀਆਂ ਤੀਆਂ ਹੋ ਗਈਆਂ ਵੀ ਚਲੋ ਇਹ ਤੀਆਂ ਮਨਾਉਣੀਆਂ, ਇਹ ਕਰਨੀਆਂ। ਜਦੋਂ ਹਾਂਜੀ, 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 ਇਹ ਬਿਲਕੁਲ ਬਿਲਕੁਲ ਜੀ, ਇਹ 13 ਦਿਨ ਚੱਲਦਾ ਸੀਗਾ। ਇਹ ਜਿਹੜੀ ਮੱਸਿਆ ਆਉਂਦੀ ਹੈਗੀ, ਉਹ ਤਾਂ ਮਤਲਬ ਹਨੇਰੇ ਪੱਖ ਚੱਲਦਾ ਸੀ, ਜੋ ਚਾਨਣ ਪੱਖ ਸ਼ੁਰੂ ਹੁੰਦਾ ਸੀ ਜਦੋਂ ਭਾਦੋਂ ਆ ਜਾਂਦਾ ਹੈ, ਫਿਰ ਉਦੋਂ ਇਹ ਸਾਰਾ ਪ੍ਰੋਗਰਾਮ ਸਮਾਪਤ ਹੋ ਜਾਂਦਾ ਸੀ, ਖਤਮ ਹੋ ਜਾਂਦਾ ਸੀ। ਤੁਹਾਨੂੰ ਕਿੰਨਾ ਕੁ ਲੱਗਿਆ ਵੀ ਕਿਸ ਤਰ੍ਹਾਂ ਲੱਗਦਾ ਕਿ ਪੰਜਾਬੀ ਸੱਭਿਆਚਾਰ ਲੱਗਦਾ ਬੈਕ ਆ, ਪਿੱਛੇ ਆ ਸਕਦਾ ਹੋਵੇ? ਨਹੀਂ, ਆ ਸਕਦਾ ਜੀ। ਦੇਖੋ, ਕੋਸ਼ਿਸ਼ ਤਾਂ ਬੱਚਿਆਂ ਨੇ ਬਹੁਤ ਕੀਤੀ ਹੈ, ਜਿਹੜੀ ਐਗਜੀਬਿਸ਼ਨ ਲਾਈ ਹੈ ਬੱਚਿਆਂ ਨੇ, ਉਹਦੇ ਵਿੱਚ ਉਹਨਾਂ ਨੇ ਰੱਖਿਆ ਹੈ, ਪਰਾਂਦੇ ਹੈ, ਨਾਲੇ ਹੈ, ਫੁਲਕਾਰੀਆਂ ਹੈ, ਸਿਰਾਣੇ ਕੱਢੇ ਹੋਏ ਹੈ। ਬੱਚਿਆਂ ਨੂੰ ਪਤਾ ਹੈ ਇਹ ਵੀ ਸਾਡਾ ਕਲਚਰ ਹੈਗਾ ਹੈ, ਹੱਥੀਂ ਕਿਰਤ ਕਰਦੇ ਸੀਗੇ, ਹੁਣ ਤਾਂ ਰੈਡੀਮੇਡ ਸਾਰਾ ਕੁਛ ਆ ਗਿਆ। ਪਰ ਬੱਚਿਆਂ ਨੇ, ਇਹਨਾਂ ਬੱਚਿਆਂ ਨੇ ਬਹੁਤ ਕੋਸ਼ਿਸ਼ ਕੀਤੀ ਹੈ ਕਿ ਅਸੀਂ ਆਪਣੇ ਸੱਭਿਆਚਾਰ ਨੂੰ ਦਰਸਾ ਸਕੀਏ। ਬੜੀ ਅੱਛੀ ਕੋਸ਼ਿਸ਼ ਲੱਗੀ, ਜਿਵੇਂ ਸਾਇੰਸ ਦੇ ਬੱਚੇ ਹੈ, ਇਹ ਸਾਇੰਸ ਦੇ ਸਟੂਡੈਂਟਸ ਹੈ, ਨਹੀਂ ਇੱਧਰ ਬਹੁਤਾ ਧਿਆਨ ਕਰਦੇ ਹੈ,
ਪਰ ਇਸ ਦੇ ਬਾਵਜੂਦ ਵੀ ਮੈਨੂੰ ਬੜੀ ਖੁਸ਼ੀ ਹੋਈ ਕਿ ਇਹ ਸਾਇੰਸ ਦੇ ਸਟੂਡੈਂਟ ਹੋਣ ਦੇ ਬਾਵਜੂਦ ਇਹਨਾਂ ਨੇ ਬੜਾ ਅੱਛਾ ਜਿਹੜਾ ਹੈਗਾ ਆਪਣੀ ਪ੍ਰਦਰਸ਼ਨੀ ਇਹਨਾਂ ਨੇ ਲਾਈ ਹੈ ਐਗਜੀਬਿਸ਼ਨ 'ਚ, ਬਹੁਤ ਵਧੀਆ ਕੀਤਾ। ਹਾਂਜੀ ਜੇ ਆਪਣੇ ਵਿਆਹ ਅਟੈਂਡ ਕਰਦੀਆਂ ਹੋਣ, ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਸੁਹਾਗ ਜਿਹੜੇ ਹੈ ਕੁੜੀਆਂ ਦੇ ਵਿਆਹ 'ਚ ਗਾਏ ਜਾਂਦੇ ਆ, ਘੋੜੀਆਂ ਮੁੰਡਿਆਂ ਦੇ ਵਿਆਹ 'ਚ ਗਾਈਆਂ ਜਾਂਦੀਆਂ ਹੈ, ਇਹ ਪਤਾ ਹੋਣਾ ਚਾਹੀਦਾ ਬੱਚਿਆਂ ਨੂੰ। ਜੇ ਇਹ ਵਿਆਹ ਅਟੈਂਡ ਕਰਨਗੇ ਪਿੰਡਾਂ 'ਚ ਜਾਣਗੇ ਜਾਂ ਸੁਹਾਗ ਸਾਡੇ, ਹੁਣ ਮੈਂ ਤੁਹਾਨੂੰ ਇੱਕ ਦੱਸਣਾ ਚਾਹੁੰਦੀ ਹਾਂ, ਸਾਡੇ ਇੱਕ ਬੜੀ ਅੱਛੀ ਮੂਵੀ ਆ ਰਹੀ ਹੈ ਮੈਡਮ ਪ੍ਰਭਸ਼ਰਨ ਕੌਰ ਬਣਾ ਰਹੇ ਹੈ ਉਹਨਾਂ ਨੂੰ, ਉਹਦੇ 'ਚ ਸਾਰੇ ਜਿਹੜੇ ਸੌਂਗ ਹੈ ਸਾਡੇ ਟ੍ਰੈਡੀਸ਼ਨ ਸਾਡੀਆਂ ਜੋ ਚੱਲੀਆਂ ਆਉਂਦੀਆਂ ਹੈ, ਵਿਆਹ ਦੇ ਸੌਂਗ ਹੈ ਕੁੜੀ ਵਾਲੇ ਪਾਸੇ ਦੇ, ਮੁੰਡੇ ਵਾਲੇ ਪਾਸੇ ਦੇ, ਤ੍ਰਿੰਝਣ ਦੇ, ਸੰਧਾਰਾ, ਤੀਆਂ, ਇਹ ਸਾਰੇ ਗੀਤ ਜਿਹੜੇ ਹੈ ਉਹਦੇ ਵਿੱਚ ਪਰੋਏ ਹੋਏ ਹੈ ਮੈਡਮ ਨੇ। ਬੜਾ ਅੱਛਾ ਪ੍ਰੋਜੈਕਟ ਹੈ ਇਹ, ਜਦੋਂ ਰਿਲੀਜ਼ ਹੋਇਆ ਕੁੜੀ ਦਰਾਗ ਚ ਬੈਠੀ ਹੁੰਦੀ ਹੈ, ਮੇਰਾ ਭਰਾ ਆਵੇ ਮੈਨੂੰ ਜਿਹੜਾ ਹੈਗਾ ਤੀਆਂ ਤੇ ਲੈ ਕੇ ਜਾਵੇ, ਉਹ ਫਿਰ ਗਾਉਂਦੀ ਹੈ ਮਾਏ ਪੀੜੇ ਬੈਠੀਏ ਨੀ, ਮਾਏ ਪੀੜੇ ਬੈਠੀਏ ਨੀ, ਧੀਆਂ ਕਿਉਂ ਦਿੱਤੀਆਂ ਦੂਰ, ਸਾਵਣਿਆ ਆਇਆ ਸਾਵਣਿਆ ਆਇਆ। ਜ਼ਰੂਰ ਜੀ, ਮੈਂ ਕਹਿੰਦੀ ਇਹਨਾਂ ਨੂੰ ਥੋੜ੍ਹਾ ਜਿਹਾ ਆਪਣੇ ਜਿਹੜੇ ਸੱਭਿਆਚਾਰਕ ਗੀਤ ਹੈ ਇਹਨਾਂ ਨੂੰ ਸੁਣਨਾ ਚਾਹੀਦਾ ਹੈਗਾ, ਆਪਣੇ ਵਿਰਸੇ ਦੇ ਨਾਲ ਜੁੜਨਾ ਚਾਹੀਦਾ ਹੈ। ਹੋਰ ਗਾਣੇ ਆਪਾਂ ਸੁਣਦੇ ਹਾਂ ਉਹ ਸਾਰੇ ਜਿਹੜੇ ਹੈ ਬੱਚਿਆਂ ਨੂੰ ਸੁਣਨੇ ਚਾਹੀਦੇ ਹੈ। ਨਹੀਂ ਜੀ, ਦੇਖੋ ਮੈਂ 30 ਸਾਲ ਕਾਲਜ 'ਚ ਜੋਬ ਕੀਤੀ ਹੈ, ਮੈਂ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਦੇ ਨਾਲ ਜੋੜਨ ਦੀ ਬਹੁਤ ਕੋਸ਼ਿਸ਼ ਕੀਤੀ ਹੈ। ਮਤਲਬ ਜੋ ਬੱਚੇ ਜੋ ਸਾਡਾ ਟ੍ਰੈਡੀਸ਼ਨ ਹੈਗੀਆਂ ਹੈ, ਬੱਚਿਆਂ ਨੇ ਜਿੱਦਾਂ ਸੂਟ 'ਚ ਆਉਣਾ ਹੈਗਾ, ਸਾਰਾ ਸੂਟ ਪਾਉਣਾ ਦਿਨ ਤਿਉਹਾਰ 'ਤੇ, ਸਾਰਾ ਕੁਛ ਬੱਚਿਆਂ ਨੂੰ ਬੜਾ ਕੋਸ਼ਿਸ਼ ਕੀਤੀ ਆਪਣੇ ਸੱਭਿਆਚਾਰ ਦੇ ਬਾਰੇ ਦੱਸਣ ਦੀ। ਮਤਲਬ ਇਹ ਸਾਡੇ ਮਾਂ ਪਿਓ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਅਸੀਂ ਮਾਡਰਨ ਤਾਂ ਹੋ ਗਏ ਹਾਂ ਪਰ ਸਾਨੂੰ ਆਪਣੇ ਸੱਭਿਆਚਾਰ ਨੂੰ ਨਹੀਂ ਭੁੱਲਣਾ ਚਾਹੀਦਾ। ਜੋ ਸਾਡਾ ਸੱਭਿਆਚਾਰ ਹੈ ਉਹ ਤਾਂ ਸਾਡੇ ਨਾਲ ਮਰਦੇ ਦਮ ਤੱਕ ਹੈ।